ਅਸਲਾ ਲਾਇਸੈਂਸ ਦੇ ਸ਼ਕੀਨਾਂ ਦੇ ਲਈ ਇਹ ਖਬਰ ਸੁਣਨੀ ਬਹੁਤ ਜ਼ਰੂਰੀ ਹੈ। ਦੱਸਦੀ ਹੈ ਕਿ ਤਰਨ ਤਾਰਨ ਪੁਲਿਸ ਨੇ ਇੱਕ ਐਸੇ ਸਕੈਮ ਕਰਨ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜੋ ਕਿ ਵੱਡੀ ਗਿਣਤੀ ਦੇ ਵਿੱਚ ਤਰਨ ਤਾਰਨ ਦੇ ਡੀਸੀ ਦਫ਼ਤਰ ਦੇ ਵਿੱਚੋਂ ਅਸਲਾ ਲਾਇਸੈਂਸ ਬਣਾ ਕੇ ਦਿੰਦੇ ਸੀ। ਹਾਲਾਂਕਿ ਅਸਲਾ ਲਾਇਸੈਂਸ ਸਾਰਾ ਨਕਲੀ ਬਣਾ ਕੇ ਦਿੰਦੇ ਸੀ ਤਾਂ ਲੋਕਾਂ ਨੂੰ ਵੱਡੇ ਪੱਧਰ ਤੇ ਝੂਨਾ ਵੀ ਲੱਗਾ। ਤਰਨ ਤਾਰਨ ਦੇ SSP ਵੱਲੋਂ ਸਾਰੇ ਸਕੈਮ ਤੇ ਨਿਗਾਹ ਰੱਖੀ ਗਈ, ਜਿਸ ਤੋਂ ਬਾਅਦ ਉਸਦਾ ਅੱਜ ਪਰਦਾਫਾਸ਼ ਤਰਨ ਤਾਰਨ ਦੇ SSP ਨੇ ਕੀਤਾ। ਸਾਡੇ ਨਾਲ ਅਸ਼ਵਨੀ ਕਪੂਰ ਜੀ ਨੇ ਮੌਜੂਦ ਨੇ। ਸਰ, ਕਿਸ ਤਰੀਕੇ ਦਾ ਸਾਰਾ ਸਕੈਮ ਸੀ ਔਰ ਕਿਸ ਤਰੀਕੇ ਨਾਲ ਤੁਹਾਨੂੰ ਪਤਾ ਲੱਗਾ? ਇਹ ਇੱਕ ਸ਼ੁਰੂ ਕੀਤਾ ਸੀ ਜੀ 1.5 ਕੁ ਮਹੀਨਾ ਪਹਿਲੇ, ਜਦੋਂ ਅਸੀਂ ਉਹ ਅਸਲਾ ਲਾਇਸੈਂਸ ਲੋਕ ਧਾਰਿਆਂ ਦੇ ਅਸਲਾ ਜਮ੍ਹਾਂ ਕਰਵਾ ਰਹੇ ਸੀ ਇਲੈਕਸ਼ਨ ਦੇ ਦੌਰਾਨ। ਉਹਦੇ 'ਚ ਇੱਕ ਲਾਇਸੈਂਸ ਜਦੋਂ ਜਮ੍ਹਾਂ ਕੀਤਾ ਗਿਆ ਔਰ ਉਹ ਐਡੀਸ਼ਨਸ ਸੀਗੀ, ਸਾਨੂੰ ਐਡੀਸ਼ਨ ਅਤੇ ਵੈਪਨ ਇੱਕ ਹੀ ਚੜ੍ਹਿਆ ਸੀਗਾ। ਫਿਰ ਅਸੀਂ ਉਹ ਚੈੱਕ ਕੀਤਾ ਤਾਂ ਉਹ ਫੋਟੋ ਅਲੱਗ ਅਲੱਗ ਸੀ ਦੋਨਾਂ ਲਾਇਸੈਂਸਾਂ 'ਤੇ, ਐਡੀਸ਼ਨ ਵਾਲੇ 'ਤੇ। ਤਾਂ ਅੱਗੇ ਵੈਰੀਫਿਕੇਸ਼ਨ ਤੋਂ ਪਤਾ ਲੱਗਾ ਵੀ ਲਾਇਸੈਂਸ ਧਾਰੀ ਨੇ ਕੋਈ ਵੀ ਐਡੀਸ਼ਨ ਅਪਲਾਈ ਨਹੀਂ ਸੀ ਕੀਤੀ। ਉੱਥੋਂ ਫਿਰ ਅਸੀਂ ਅੱਗੇ ਵੈਰੀਫਿਕੇਸ਼ਨ ਸ਼ੁਰੂ ਕੀਤੀ ਔਰ ਪਤਾ ਲੱਗਿਆ ਕਿ ਕਾਫੀ ਇਹ ਜਿਹੜਾ ਘਪਲਾ ਚੱਲ ਰਿਹਾ DC ਆਫਿਸ 'ਚ, ਇਹ ਲੋਕਾਂ ਤੋਂ ਪੈਸੇ ਲੈ ਕੇ ਲਾਇਸੈਂਸ ਬਣਾ ਕੇ ਦਿੱਤੇ ਜਾ ਰਹੇ ਆ। ਕਰਦੇ ਕਰਦੇ ਅਸੀਂ ਸਾਰੀ ਇਹਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਔਰ ਉਸ 'ਚ ਅਸੀਂ 3 ਗ੍ਰਿਫਤਾਰੀਆਂ ਕਰਨ 'ਚ ਕਾਮਯਾਬ ਹੋ ਗਏ। ਔਰ ਜਿਹੜੀ ਹੁਣ ਉਹਨਾਂ ਦੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਇਹਦਾ ਜਿਹੜਾ ਮੇਨ ਕਿੰਗ ਪਿੰਨ ਔਰ ਸਰਗਨਾ ਉਹ ਸੂਰਜ ਭੰਡਾਰੀ ਹੈ, ਜੋ ਇੱਥੇ ਐਜ਼ ਅ ਡਿਸਟ੍ਰਿਕਟ ਮੈਨੇਜਰ ਜਿਹੜੀ ਕੰਪਨੀ ਸੁਵਿਧਾ ਕੇਂਦਰ ਚਲਾ ਰਹੀ ਹੈ ਉਹਨਾਂ ਦਾ ਡਿਸਟ੍ਰਿਕਟ ਮੈਨੇਜਰ ਇੱਥੇ ਲੱਗਿਆ ਹੋਇਆ ਸੀਗਾ। ਇਹ 1.5 ਤੋਂ 2 ਲੱਖ ਰੁਪਈਆ ਇੱਕ ਲਾਇਸੈਂਸ ਬਣਾਉਣ ਦਾ ਲੈਂਦੇ ਸੀਗੇ। ਇਹਦੇ 'ਚ ਸੂਰਜ ਭੰਡਾਰੀ ਕੋਲ ਜਿਹੜਾ 1 ਲੱਖ ਰੁਪਈਆ ਜਾਂਦਾ ਸੀਗਾ ਔਰ ਬਾਕੀ ਜਿਹੜੇ ਪੈਸੇ ਸੀਗੇ 50,000, 60,000, 70,000 ਜਿੱਥੇ ਕੋਈ ਮੰਨ ਜਾਂਦਾ ਸੀ ਉਹ ਬਾਕੀ ਥੱਲੇ ਵੰਡਦੇ ਸੀ। ਇਹਦੇ 'ਚ ਇੱਕ ਸਾਬਕਾ ਫੌਜੀ ਗੁਰਮੀਤ ਹੈਗਾ ਫੈਲੋਕੇ ਪਿੰਡ ਦਾ, ਉਹ 8-10 ਲਾਇਸੈਂਸ ਉਹਨੇ ਲੋਕਾਂ ਦੇ ਬਣਵਾਏ ਆ। ਉਹ ਕਸਟਮਰ ਲਿਆਉਂਦਾ ਸੀਗਾ ਵਿੱਚੋਂ 10-15,000 ਰੁਪਇਆ ਉਹ ਲੈ ਲੈਂਦਾ ਸੀ, ਔਰ ਅੱਗੇ ਲਿਆ ਕੇ ਪਵਨ ਮੁੰਡਾ ਹੈਗਾ ਉਹਨੂੰ ਫੜਾ ਦਿੰਦਾ ਸੀਗਾ। ਅੱਗੇ ਉਹ ਅੱਗੇ DC ਆਫਿਸ ਦਾ ਮੁਲਾਜ਼ਮ ਸ਼ਮਸ਼ੇਰ ਹੈਗਾ ਉਹਨੂੰ ਫੜਾ ਦਿੰਦੇ ਦਿੰਦਾ ਸੀਗਾ। ਸ਼ਮਸ਼ੇਰ ਜਿਹੜਾ ਉਹ ਸਟਿੱਕਰ ਵਗੈਰਾ ਕੱਢਦਾ ਸੀ, ਔਰ ਇੱਕ ਮੁੰਡਾ ਹੋਰ ਨਾਮ ਯਾਦ ਹੋਇਆ ਰਾਘਵ ਕਪੂਰ, ਉਹ ਵੀ ਸਟਿੱਕਰ ਵਗੈਰਾ ਕੱਢਣ 'ਚ ਮਦਦ ਕਰਦਾ ਸੀ। ਔਰ ਇਹਨਾਂ ਦੀ ਜਿਹੜੇ ਫੋਨ ਅਸੀਂ ਫੋਰੈਂਸਿਕ ਕਰਾਏ ਉਹਦੇ 'ਚੋਂ 200-250 ਦੇ ਕਰੀਬ ਲਾਇਸੈਂਸ ਹੁਣ ਤੱਕ ਮਿਲੇ ਆ, ਜਾਂ ਲੋਕਾਂ ਦੇ ਕੰਟੈਕਟ ਮਿਲੇ ਜਿਨ੍ਹਾਂ ਦੇ ਇਹਨਾਂ ਨੇ ਲਾਇਸੈਂਸ ਬਣਾ ਕੇ ਦਿੱਤੇ। ਅਤੇ ਅੱਗੇ ਹੋਰ ਜਿਹੜੀ ਪੁੱਛਗਿੱਛ ਹੈ, ਕੁਛ ਬਲੈਂਕ ਕਾਪੀਆਂ ਵਗੈਰਾ ਲਾਇਸੈਂਸ ਦੀਆਂ ਕੁਛ ਭਰੀਆਂ ਹੋਈਆਂ, ਕੁਛ ਆਧਾਰ ਕਾਰਡ ਵਗੈਰਾ ਮਿਲੇ, ਉਹ ਅਸੀਂ ਸਾਰੇ ਵੈਰੀਫਾਈ ਕਰ ਰਹੇ ਹਾਂ। ਔਰ ਜਿਵੇਂ ਜਿਵੇਂ ਇਹਨਾਂ ਦੀ ਇਨਵੈਸਟੀਗੇਸ਼ਨ ਚੱਲੇਗੀ, ਜੋ ਵੀ ਹੋਰ ਕੋਈ ਨਾਮ ਆਉਣਗੇ ਜਾਂ ਕੋਈ ਹੋਰ ਰਿਕਵਰੀਜ਼ ਹੋਣਗੀਆਂ ਉਹ ਅਸੀਂ ਤੁਹਾਨੂੰ ਦੱਸ ਦਿਆਂਗੇ। ਸਰ, ਗੱਲ ਕਰ ਲਈਏ ਕਿੰਗ ਪਿੰਨ ਦੀ, ਜਿਹੜਾ ਸੂਰਜ ਹੈ, ਮਤਲਬ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਲਾਇਸੈਂਸ ਬਣਾਏ ਜਾਂਦੇ ਸੀ, ਕਿਸ ਤਰ੍ਹਾਂ ਦੇਖਦੇ ਹੋ ਕਿ ਕਿੰਨਾ ਕੁ ਵੱਡਾ ਚੂਨਾ ਜਾਂ ਸਰਕਾਰ ਨੂੰ ਲੱਗਾ ਹੋਊਗਾ ਜਾਂ ਅਸਲਾ ਡਿਪਾਰਟਮੈਂਟ ਮਹਿਕਮੇ ਨੂੰ ਇਹਨਾਂ ਨੇ ਲਾਇਆ ਹੋਊਗਾ? ਦੇਖੋ, ਸਰਕਾਰ ਦੀ ਤਾਂ ਜਿਹੜੀ ਸਰਕਾਰੀ ਫੀਸ ਹੈਗੀ ਆ 15,000 ਜਾਂ 20,000 ਹੋਏਗੀ, ਵਟ ਐਵਰ, ਬਟ ਇਹ ਕਾਫੀ ਮੋਟੀ ਰਕਮ ਲੈ ਕੇ ਬਣਾਉਂਦੇ ਸੀ ਔਰ ਇਹ ਕਰੋੜਾਂ 'ਚ ਇਹਨਾਂ ਨੇ ਪੈਸੇ ਲੋਕਾਂ ਤੋਂ ਲਏ ਆ ਔਰ ਇਹ ਲਾਇਸੈਂਸ ਬਣਾ ਕੇ ਦਿੱਤੇ। ਸਭ ਤੋਂ ਵੱਡੀ ਗੱਲ ਜਿਹੜੀ ਆਮ ਲੋਕਾਂ ਦੀ, ਆਮ ਜਨਤਾ ਦੀ ਜਿਹੜੀ ਸਿਕਿਉਰਿਟੀ ਹੈ ਉਹਨੂੰ ਖਤਰੇ 'ਚ ਪਾਇਆ। ਇਹ ਹੋ ਸਕਦਾ ਇਹਦੇ 'ਚ ਕੁਛ ਗੈਂਗਸਟਰਾਂ ਦੇ, ਕੁਛ ਬਦਮਾਸ਼ਾਂ ਦੇ, ਕੁਛ ਇਹੋ ਜਿਹੇ ਅਨਸਰ ਗੁੰਡਾ ਅਨਸਰ ਦੇ ਲਾਇਸੈਂਸ ਹੋਣ, ਕਿਉਂਕਿ ਜੇ ਇੰਨੇ ਪੈਸੇ ਕੋਈ ਆਮ ਬੰਦਾ ਕਈ ਵਾਰੀ ਨਹੀਂ ਖਰਚਦਾ, ਅਤੇ ਜਿੰਨਾ 2 ਨੰਬਰ ਦੇ ਕੰਮ ਕਰਦੇ ਹੈ ਉਹੀ ਇੰਨੇ ਪੈਸੇ ਖਰਚਦੇ, ਉਹ ਅਸੀਂ ਸਾਰੇ ਵੈਰੀਫਾਈ ਕਰ ਰਹੇ ਹਾਂ ਜੀ। ਔਰ ਮੈਂ ਕਹਾਂਗਾ ਵੀ ਜੇ ਕਿਸੇ ਆਮ ਬੰਦੇ ਨੇ, ਅਣਜਾਣ ਬੰਦੇ ਨੇ ਅਣਜਾਣੇ ਪੁਣੇ 'ਚ ਲਾਇਸੈਂਸ ਇਹਨਾਂ ਤੋਂ ਬਣਵਾ ਲਿਆ, ਤਾਂ ਉਹ ਆ ਕੇ ਆਪਣਾ ਸਿਲੰਡਰ ਕਰ ਦੇਣ, ਵੈਪਨ ਵਗੈਰਾ ਜਮ੍ਹਾਂ ਕਰਾ ਦੇਣ। ਬਾਕੀ ਜਿਹੜੀ ਇਨਵੈਸਟੀਗੇਸ਼ਨ 'ਚੋਂ ਤਾਂ ਅਸੀਂ ਕੱਢ ਹੀ ਲਾਂਗੇ ਕਿ ਕਿੰਨੇ ਬਾਕੀ ਜਿਹੜੇ ਵੈਪਨਸ ਹੈਗੇ ਆ ਉਹ ਅਸੀਂ ਇਲੀਗਲ
ਡੀਸੀ ਸਾਹਿਬ ਤੋਂ ਆਰਡਰ ਕਰਾ ਦਿਆਂਗੇ। ਤਾਂ ਬਿਲਕੁਲ ਗੱਲ ਕਰ ਲਈਏ, ਵੱਡੀ ਗਿਣਤੀ ਵਿੱਚ ਲੋਕ ਆ ਕੇ ਜਿਵੇਂ ਅਪਰੋਚ ਕਰਦੇ ਨੇ, ਤੁਹਾਨੂੰ ਵੀ ਕਰਦੇ ਨੇ, ਡੀਸੀ ਸਾਹਿਬ ਨੂੰ ਵੀ ਕਰਦੇ ਨੇ ਕਿ ਇਸ ਤਰੀਕੇ ਨਾਲ ਸਾਡੇ ਲਾਇਸੈਂਸ ਬਣਾ ਕੇ ਦਿੱਤੇ ਜਾਣ, ਕਿ ਲੱਗਦਾ ਕਿ ਇਹ ਪਹਿਲਾਂ ਹੀ ਗੇਟ ਤੇ ਬੈਠੇ ਮੌਜੂਦ ਹੋਣਗੇ ਜਿਹੜੇ ਇਹੋ ਜਿਹਾ ਗਰੋਹ ਇਹਨਾਂ ਨੇ ਆਪਣਾ, ਯਾਨੀ ਕਿ ਪੂਰਾ ਗੈਂਗ ਹੀ ਬਣਾ ਲਿਆ ਉਸ ਤਰੀਕੇ ਨਾਲ? ਨਹੀਂ, ਗੇਟ ਤੇ ਤਾਂ ਨਹੀਂ, ਬਟ ਇਹ ਜਿਵੇਂ ਹੋ ਸਕਦਾ ਇਹਦੇ 'ਚ ਕੁਛ ਗਨ ਹਾਊਸ ਵਾਲੇ ਵੀ ਇਨਵੋਲਵ ਹੋਣ, ਪਰ ਉਹ ਰੂਲ ਆਊਟ ਨਹੀਂ ਕਰ ਸਕਦੇ ਕਿ ਉਹ ਵੀ ਇਹਨਾਂ ਨੂੰ ਕਸਟਮਰ ਦਿੰਦੇ ਹੋਣ। ਹਾਂਜੀ, ਕੁਛ ਕਸਟਮਰ ਇਹਨਾਂ ਨੂੰ ਦਿੰਦੇ ਹੋਣ ਔਰ ਉਹੀ ਅੱਗੇ ਬੰਦੇ, ਔਰ ਇਹਦੇ 'ਚ ਕੋਈ ਪੁਲਿਸ ਵੈਰੀਫਿਕੇਸ਼ਨ ਨਹੀਂ, ਕੋਈ ਮੈਡੀਕਲ ਨਹੀਂ, ਕੋਈ ਇਹ ਨਹੀਂ ਪਤਾ ਵੀ ਬੰਦੇ ਦੀ ਏਜ ਕਿੰਨੀ ਹੈ, ਹੈਂਡਲ ਕਰ ਸਕਦਾ ਕਿ ਨਹੀਂ ਕਰ ਸਕਦਾ। ਸੋ ਇਹ ਕਈ ਚੀਜ਼ਾਂ ਸਾਰੀਆਂ ਜਿਹੜੀਆਂ ਹੁਣ ਡਿਟੇਲ ਇਨਵੈਸਟੀਗੇਸ਼ਨ 'ਚ ਅਸੀਂ ਲਵਾਂਗੇ। ਸਰ, ਡੀਸੀ ਦਫ਼ਤਰ ਨਾਲ ਕੋਈ ਹੋਰ ਵੀ ਜੁੜਿਆ ਸਟਾਫ ਇਸ ਮਾਮਲੇ ਵਿੱਚ ਸ਼ਾਮਲ ਹੋਏਗਾ? ਜਿਵੇਂ ਜਿਵੇਂ ਹਜੇ ਇਹਨਾਂ ਦੀ ਇੰਟਰੋਗੇਸ਼ਨ ਪ੍ਰੀਨਾ ਦੀ ਸਟੇਜ 'ਤੇ ਜਿਵੇਂ ਜਿਵੇਂ ਹੋਏਗੀ, ਜੋ ਵੀ ਹੋਏਗਾ ਡੀਸੀ ਸਾਹਿਬ ਦਾ ਸਾਨੂੰ ਪੂਰਾ ਸਹਿਯੋਗ ਆ, ਉਹ ਅਸੀਂ ਉਹਨਾਂ ਨੂੰ ਦੱਸਦੇ ਹਾਂ ਟਾਈਮ ਟੂ ਟਾਈਮ ਉਹਨਾਂ ਨੂੰ ਪੂਰਾ ਸਹਿਯੋਗ। ਬਿਲਕੁਲ, ਧੰਨਵਾਦ ਦੇ ਸਨ ਤਰਨ ਤਰਨ ਦੇ ਐਸਐਸਪੀ ਅਸ਼ਵਨੀ ਕਪੂਰ। ਇਹਨਾਂ ਵੱਲੋਂ ਇੱਕ ਵੱਡਾ ਗੈਂਗ ਜਿਵੇਂ ਆਪਾਂ ਕਹਿ ਸਕਦੇ ਕਿ ਬਾਸਟ ਕੀਤਾ ਗਿਆ, ਜੋ ਕਿ ਅਸਲਾ ਲਾਇਸੈਂਸ ਨਕਲੀ ਬਣਾ ਕੇ ਦਿੰਦੇ ਸੀ, ਔਰ ਵੱਡੀ ਗਿਣਤੀ ਦੇ ਵਿੱਚ 250 ਦੇ ਕਰੀਬ ਅਸਲ ਲਾਇਸੈਂਸ ਨਕਲੀ ਬਣਾ ਚੁੱਕੇ ਸੀ ਔਰ ਲੋਕਾਂ ਦੇ ਨਾਂ ਲੋਕਾਂ ਨੂੰ ਇਹ ਚੂਨਾ ਲਗਾ ਚੁੱਕੇ ਸੀ। ਇਸੇ ਤਰੀਕੇ ਨਾਲ ਹਾਲਾਂਕਿ ਗਨ ਹਾਊਸ ਵਾਲੇ ਵੀ ਇਸ ਜਿਹੜਾ ਮਾਮਲੇ ਵਿੱਚ ਇਨਵੋਲਵ ਹੋਣਗੇ, ਉਸਦੀ ਵੀ ਜਿਹੜੀ ਹੈ ਛਾਣਬੀਣ ਕੀਤੀ ਜਾ ਰਹੀ ਹੈ, ਔਰ ਜੋ ਵੀ ਤਰਨ ਤਾਰਨ ਦੇ ਐਸਐਸਪੀ ਅਸ਼ਵਨੀ ਕਪੂਰ ਦਾ ਕਹਿਣਾ ਕਿ ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਹੋਇਆ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ, ਚਾਹੇ ਉਹ ਕਿਤੇ ਵੀ ਤੈਨਾਤ ਹੋਵੇ। ਤਰਨ ਤਾਰਨ ਤੋਂ ਸਿਧਾਰਥ ਸਰੋੜਾ, ਨਿਊਜ਼ 18।